I ain't gonna give in now, I just gotta live this now. I'm gonna be when I'ma kill this stuff real quick. I'ma go take it to town, cause I gotta be that king in the ring when I'm knocking him out. When I'm back with the blue, cause I am just up on the journey. You just know that I'm just going insane. ਆਪਾਂ ਫਿਰਦੇ ਹੈਗੇ ਹਾਂ ਅਸ਼ੋਰਸ ਗਰੁੱਪ ਆਫ ਆਈਲੈਂਡ ਹੈਗੇ ਹੈ ਅਤੇ ਉਹ ਸਾਰੇ ਗਰੁੱਪ ਆਫ ਆਈਲੈਂਡ ਨੂੰ ਕਹਿ ਦਿੰਦੇ ਅਸ਼ੋਰਸ। ਉਹਨਾਂ ਦੇ ਵਿੱਚੋਂ ਆਪਾਂ ਇੱਕ ਆਈਲੈਂਡ 'ਤੇ ਫਿਰਦੇ ਹੈਗੇ ਹਾਂ ਜਿਹਦਾ ਨਾਮ ਹੈਗਾ ਤਰਸੇਰਾ। ਅਤੇ ਤਰਸੇਰਾ ਆਈਲੈਂਡ ਹੈਗਾ ਨੌਰਥ ਅਟਲਾਂਟਿਕ ਓਸ਼ਨ ਦੇ ਵਿੱਚ, ਨੌਰਥ ਅਟਲਾਂਟਿਕ ਓਸ਼ਨ ਦੇ ਮਿਡਲ ਦੇ ਵਿੱਚ ਇਹ ਵਾਲਾ ਆਈਲੈਂਡ ਹੈਗਾ। ਅਤੇ ਇਹ ਆਈਲੈਂਡ ਦੀ ਪਾਪੂਲੇਸ਼ਨ ਹੈਗੀ ਹੈ 53,311, ਮਤਲਬ ਕਿ 53,311 ਬੰਦੇ ਇੱਥੇ ਰਹਿੰਦੇ ਹੈਗੇ ਆ। ਇੱਥੋਂ ਦੀ ਹੈਗੀ ਹੈ ਟੋਟਲ ਪਾਪੂਲੇਸ਼ਨ। ਅਤੇ ਬਹੁਤ ਹੀ ਛੋਟਾ ਆਈਲੈਂਡ ਹੈਗਾ ਅਤੇ ਇਹ ਆਈਲੈਂਡ ਫੈਲਿਆ ਹੋਇਆ ਹੈਗਾ 396, ਮਤਲਬ 396 ਸਕੇਅਰ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਹੈਗਾ ਇਹ ਆਈਲੈਂਡ। ਅਪਰੋਕਸੀਮੇਟਲੀ ਇੰਨਾ ਕੁ ਫੈਲਿਆ ਹੋਇਆ ਹੈਗਾ ਇਹ, ਅਤੇ ਬਹੁਤ ਹੀ ਸੋਹਣਾ ਹੈਗਾ। ਅਤੇ ਆਪਦੀ ਜਰਨੀ ਸਟਾਰਟ ਕਰਦੇ ਹੈਗੇ। ਅਤੇ ਹੁਣ ਆਪਾਂ ਪਹੁੰਚ ਚੁੱਕੇ ਹੈਗੇ ਹਾਂ ਲਿਸਬਨ ਦੇ ਟਰਮੀਨਲ 2 ਦੇ ਵਿੱਚ, ਜਿਹੜੇ ਏਰੀਏ ਦੇ ਵਿੱਚ ਆਪਾਂ ਖੜ੍ਹੇ ਹੋਏ ਹਾਂ। ਇਹ ਨਵਾਂ ਬਣਾਇਆ ਗਿਆ ਹੈਗਾ ਟਰਮੀਨਲ 2 ਦੇ ਵਿੱਚ। ਹੁਣ ਤੁਸੀਂ ਦੇਖੋਗੇ ਜਿਹੜਾ ਟਰਮੀਨਲ 2 ਤੋਂ ਚੜੂਗਾ, ਇਹਦੇ ਵਿੱਚ ਹੁਣ ਸਮੋਕਿੰਗ ਏਰੀਆ ਐਡ ਕਰ ਦਿੱਤਾ ਗਿਆ ਹੈਗਾ ਇਸ ਏਰੀਆ ਦੇ ਵਿੱਚ। ਅਤੇ ਹੁਣ ਸਭ ਪੈਸੰਜਰ ਵੇਟ ਕਰ ਰਹੇ ਹੈਗੇ। ਅਤੇ ਆਪਣੇ ਕੋਲ ਹੈਗੇ ਆ 30 ਤੋਂ 40 ਮਿੰਟ ਹੈਗੇ ਆਪਣੇ ਫਲਾਈਟ ਲਈ, ਇਸ ਲਈ ਹੁਣ ਆਪਾਂ ਥੋੜ੍ਹਾ ਜਿਹਾ ਐਕਸਪਲੋਰ ਕਰਦੇ ਹੈਗੇ ਟਰਮੀਨਲ 2 ਦੇ ਵਿੱਚ, ਕਿਉਂਕਿ ਪਿਛਲੇ ਸਾਲ ਕੋਵਿਡ ਦੇ ਵਿੱਚ ਬੰਦ ਰਿਹਾ ਸੀਗਾ। ਅਤੇ ਹੁਣ ਥੋੜ੍ਹਾ ਜਿਹਾ ਆਪਾਂ ਫਸਟ ਟਾਈਮ ਹੁਣ ਇੱਥੋਂ ਚੜ੍ਹਨ ਲੱਗੇ ਹੈਗੇ ਹਾਂ ਆਫਟਰ ਕੋਵਿਡ। ਹੁਣ ਆਪਾਂ ਇਸ ਟਾਈਮ ਇਹ ਮੇਰੀ ਫਸਟ ਫਲਾਈਟ ਹੈਗੀ ਹੈ ਟਰਮੀਨਲ 2 ਤੋਂ। ਅਤੇ ਹੁਣ ਤਾਂ ਤੁਹਾਨੂੰ ਜਿਹੜਾ ਮੈਨੂੰ ਇੰਟਰਸਟਿੰਗ ਚੀਜ਼ ਹੋਈ ਤੁਹਾਨੂੰ ਸਾਰਾ ਦਿਖਾਵਾਂਗੇ। ਅਤੇ ਆਪਾਂ ਹੁਣ ਐਕਸਪਲੋਰ ਕਰਦੇ ਹੈਗੇ ਹਾਂ ਟਰਮੀਨਲ 2 ਅਤੇ ਦਿਖਾਉਂਦੇ ਹਾਂ ਤੁਹਾਨੂੰ ਕੀ ਕੁਛ ਇਸ 'ਚ ਨਵਾਂ ਐਡ ਕਰ ਦਿੱਤਾ ਗਿਆ। ਅਤੇ ਹੁਣ ਆਪਾਂ ਕੈਫੇ ਦੇ ਵਿੱਚ ਬੈਠੇ ਹੋਏ ਹਾਂ। ਇਹ ਹੈਗਾ ਕੈਫੇ ਏਅਰਪੋਰਟ ਦੇ ਸਾਹਮਣੇ। ਅਤੇ ਕੈਫੇ ਦੇ ਬਹਿ ਕੇ ਕੈਫੇ ਦੇ ਵਿੱਚ ਬਹਿ ਕੇ ਪਲਾਨ ਬਣਾਉਂਦੇ ਹੈਗੇ ਅੱਜ ਦਾ ਦਿਨ ਕਿੱਦਾਂ ਸਪੈਂਡ ਕਰਨਾ ਹੈਗਾ। ਅਤੇ ਕੌਫੀ ਟਰਾਈ ਕਰ ਰਹੇ ਹੈਗੇ ਹਾਂ ਅਸ਼ੋਰਸ ਆਈਲੈਂਡ ਦੀ। ਕਿੰਨੇ ਆਈਲੈਂਡਾਂ ਨੂੰ ਮਿਲਾ ਕੇ ਬਣਿਆ ਹੋਇਆ ਅਸ਼ੋਰਸ। ਅਤੇ ਆਪਾਂ ਤਸੇਰਾ ਆਈਲੈਂਡ ਦੇ ਵਿੱਚ ਬੈਠੇ ਹੋਏ ਹੈਗੇ ਹਾਂ। ਇਹ ਛੋਟਾ ਜਿਹਾ ਆਈਲੈਂਡ ਹੋਣ ਕਾਰਨ ਇੱਕ ਦੂਜੇ ਨੂੰ ਸਾਰੇ ਜਾਣਦੇ ਹੈਗੇ ਤਕਰੀਬਨ। ਅਤੇ ਕਾਫੀ ਗਰੁੱਪਾਂ 'ਚ ਬੈਠੇ ਹੋਏ ਨੇ ਸਾਰੇ। ਅਤੇ ਬਹੁਤ ਹੀ ਡਿਫਰੈਂਟ ਜਿਹਾ ਮਹਿਸੂਸ ਕਰ ਰਿਹਾ ਹੈਗਾ ਇੱਥੇ ਮੈਂ। ਹੋਪ ਕਰਾਂ ਤੁਹਾਨੂੰ ਆਹ ਵਲੋਗ ਪਸੰਦ ਆਊਗਾ ਅਤੇ ਆਪਣੀ ਕੌਫੀ ਠੰਡੀ ਨਾ ਹੋ ਜਾਵੇ। ਅਤੇ ਆਪਾਂ ਕੌਫੀ ਪੀਂਦੇ ਪੀਂਦੇ ਨਾਲੇ ਪਲੈਨ ਬਣਾਉਣੇ ਹੈਗੇ ਕਿ ਅੱਜ ਕੀ ਕਰਨਾ ਹੈਗਾ। ਅਤੇ ਤੁਹਾਨੂੰ ਸਾਰਾ ਦਿਖਾਵਾਂਗੇ, ਇੱਦਾਂ ਹੀ ਬਣੇ ਰਹਿਣਾ ਮੇਰੇ ਨਾਲ। ਹੋਪ ਕਰਾਂ ਅੱਜ ਦਾ ਵਲੋਗ ਤੁਹਾਨੂੰ ਪਸੰਦ ਆਊਗਾ। ਤਸੇਰਾ ਆਈਲੈਂਡ ਦੇ ਏਅਰਪੋਰਟ ਤੋਂ ਇਹਨਾਂ ਦੀ ਕੈਪੀਟਲ ਆਂਗਰਾ ਦੋ ਐਰੋਇਜ਼ਮੋ ਤੱਕ ਪਹੁੰਚਣ ਲਈ ਘੰਟੇ ਤੋਂ ਡੇਢ ਘੰਟਾ ਲੱਗ ਜਾਂਦਾ ਹੈਗਾ ਬੱਸ ਦੇ ਵਿੱਚ। ਜੇ ਤੁਸੀਂ ਡਰਾਈਵ ਕਰਕੇ ਜਾਂਦੇ ਹੋ, ਮਤਲਬ ਰੈਂਟ ਕਰਦੇ ਹੈਗੇ ਹੋ ਗੱਡੀ ਏਅਰਪੋਰਟ ਤੋਂ, ਤਾਂ ਤੁਹਾਨੂੰ ਕੈਪੀਟਲ ਤੱਕ ਪਹੁੰਚਣ ਲਈ 30 ਮਿੰਟ ਲੱਗਦੇ ਹੈਗੇ ਸਿਰਫ। ਪਰ ਮੈਂ ਰਿਕਮੈਂਡ ਕਰੂੰਗਾ ਤੁਹਾਨੂੰ ਕਿ ਤੁਸੀਂ ਬੱਸ ਦਾ ਸਫ਼ਰ ਇੱਕ ਵਾਰੀ ਜ਼ਰੂਰ ਕਰੀਓ, ਕਿਉਂਕਿ ਇਹ ਸਾਰਾ ਆਈਲੈਂਡ ਕਰੋਸ ਕਰਦੀ ਹੈਗੀ ਹੈ। ਅਤੇ ਤੁਸੀਂ ਇੱਕ ਤਰ੍ਹਾਂ ਦਾ ਫਰੀ ਟੂਰ ਇੰਜੋਏ ਕਰ ਸਕਦੇ ਹੈਗੇ ਹੋ, ਕਿਉਂਕਿ ਵਿਊ ਬਹੁਤ ਆਉਂਦੇ ਹੈਗੇ ਰਾਹ ਦੇ ਵਿੱਚ। ਅਤੇ ਤੁਹਾਨੂੰ ਵਧੀਆ ਵੈਲਕਮ ਕਰਦਾ ਹੈਗਾ ਇਹ ਆਈਲੈਂਡ। ਅਤੇ ਬੱਸ ਤੋਂ ਹੁਣ ਆਪਾਂ ਉਤਰੇ ਆਏ ਹੈਗੇ ਹਾਂ, ਤਾਂ ਸੈਂਟਰ ਦੇ ਵਿੱਚ ਪਹੁੰਚ ਚੁੱਕੇ ਹੈਗੇ ਇਸ ਆਈਲੈਂਡ ਦੇ। ਅਤੇ ਬਾਰਿਸ਼ ਪੈਣ ਕਾਰਨ ਤੁਹਾਨੂੰ ਸਿੱਧਾ ਬੁਟੀਕ ਹੋਸਟਲ ਵਿੱਚ ਲੈ ਕੇ ਚੱਲਦੇ ਹੈਗੇ ਹੈ। ਵੈਸੇ ਤਾਂ ਜਿਨ੍ਹਾਂ ਨੂੰ ਪਤਾ ਹੋਊਗਾ ਬੁਟੀਕ ਹੋਸਟਲਾਂ ਦਾ ਕਿ ਇਹ ਵਿਲਾ ਟਾਈਪ ਹੋਸਟਲ ਹੁੰਦੇ ਹੈਗੇ। ਅਤੇ ਆਪਣੀ ਆ ਗਈ ਹੈ ਡਿਸ਼ ਇੱਥੋਂ ਦੀ ਅਲਕਾਤਰਾ। ਇੱਥੋਂ ਦੀ ਫੇਮਸ ਡਿਸ਼ ਹੈਗੀ ਇਹ ਅਲਕਾਤਰਾ। ਇਹ ਕੁਝੇ ਦੇ ਵਿੱਚ ਪ੍ਰਪੇਅਰ ਹੁੰਦੀ ਹੈ, ਕੁਝੇ ਦੇ ਵਿੱਚ ਬਣਾਈ ਜਾਂਦੀ ਹੈਗੀ ਹੈ।
ਇਹਦੀ ਸਪੈਸ਼ਲਿਟੀ ਇਹੀ ਹੈ ਕਿ ਕੁੱਜੇ ਦੇ ਵਿੱਚ ਸਰਵ ਹੁੰਦੀ ਹੈ। ਜਦੋਂ ਸਰਵ ਹੁੰਦੀ ਹੈ ਤਾਂ ਤੁਹਾਨੂੰ ਉਬਾਲਾ ਆ ਰਿਹਾ ਹੁੰਦਾ, ਤਰੀ ਨੂੰ ਉਬਾਲਾ ਆ ਰਿਹਾ ਹੁੰਦਾ ਅਤੇ ਬਹੁਤ ਹੀ ਡਿਫਰੈਂਟ ਯੂਨੀਕ ਹੈਗੀ ਇਹ ਡਿਸ਼ ਅਤੇ ਸਪੈਸ਼ਲ ਲੋਕ ਇੱਥੇ ਖਾਣ ਆਉਂਦੇ ਆ। ਟੇਬਲ ਰੈਡੀ ਪਿਆ ਹੈਗਾ ਅਤੇ ਹੁਣ ਡਿਸ਼ ਦਾ ਟੇਸਟ ਕਰੀਏ ਅਤੇ ਤੁਹਾਨੂੰ ਸਵਾਦ ਦੱਸੀਏ ਕਿੱਦਾਂ ਦਾ ਹੈਗਾ ਇਹ। ਅਤੇ ਹੁਣ ਡਿਸ਼ ਟੇਸਟ ਕਰ ਰਹੇ ਹਾਂ। ਇਹਨਾਂ ਨੇ ਇੰਨਾ ਕੁ ਮਤਲਬ ਵਧੀਆ ਬਣਾਇਆ ਹੋਇਆ ਮੀਟ, ਚੰਗੀ ਤਰ੍ਹਾਂ ਗਲਿਆ ਹੋਇਆ ਮੀਟ ਅਤੇ ਬਹੁਤ ਹੀ ਇਹਨਾਂ ਦੇ ਜਿਹੜੇ ਸਪਾਈਸਿਸ ਨੇ ਇੱਥੇ ਉਗਾਉਂਦੇ ਨੇ ਇਹ, ਅਤੇ ਇੱਥੋਂ ਦਾ ਹੀ ਮੀਟ ਹੈਗਾ ਇਹ। ਇਹ ਮੀਟ ਟਰਾਈ ਕਰਨ ਵਾਸਤੇ ਲੋਕ ਸਪੈਸ਼ਲ ਆਉਂਦੇ ਹੈਗੇ ਆ। ਇੱਥੇ ਤਾਂ ਆਪਾਂ ਫਸਟ ਦਿਨ ਹੀ ਸੋਚਿਆ ਕਿ ਆਹ ਟਰਾਈ ਕੀਤਾ ਜਾਵੇ ਕਿਉਂਕਿ ਬਹੁਤ ਹੀ ਸੁਣਿਆ ਸੀ ਇਸ ਮੀਟ ਬਾਰੇ ਅਤੇ ਵਾਕਈ ਮੈਂ ਹੀ ਇਹ ਪੂਰਾ ਗਲਿਆ ਹੋਇਆ ਬਹੁਤ ਹੀ ਮਤਲਬ ਟੇਸਟ ਨਾਲ ਭਰਪੂਰ ਹੈ। ਹੁਣ ਕੈਮਰੇ 'ਚ ਤੁਹਾਨੂੰ ਨਹੀਂ ਦੱਸ ਸਕਦਾ, ਜਿਹੜਾ ਵੀ ਇੱਥੇ ਇੱਕ ਵਾਰੀ ਆਵੇ ਪੁਰਤਗਾਲ ਦੇ ਅਸ਼ੋਰਸ ਆਈਲੈਂਡਾਂ ਦੇ ਵਿੱਚੋਂ ਤਸੇਰਾ ਆਈਲੈਂਡ ਹੈਗਾ ਇਹ। ਹੋਪ ਕਰਦਾ ਤੁਹਾਨੂੰ ਦੇਖਣ 'ਚ ਵਧੀਆ ਲੱਗਿਆ ਹੋਣਾ ਅਤੇ ਹੁਣ ਮੈਂ ਖਾ ਕੇ ਤੁਹਾਨੂੰ ਦੱਸਦਾ। ਮੀਂਹ ਪੈਣ ਕਾਰਨ ਜ਼ਿਆਦਾ ਐਕਸਪਲੋਰ ਨਹੀਂ ਕਰ ਪਾਏ ਸੈਂਟਰ ਨੂੰ ਅਸੀਂ। ਅਤੇ ਆਪਾਂ ਫਿਰਦੇ ਹੈਗੇ ਹਾਂ ਤਸੇਰਾ ਆਈਲੈਂਡ ਦੇ ਵਿੱਚ ਅਤੇ ਉਹਦੀ ਸੈਂਟਰ ਦੇ ਵਿੱਚ ਹੈਗੇ ਹਾਂ। ਕਾਫੀ ਹਵਾ ਚੱਲ ਰਹੀ ਹੈਗੀ ਹੈ ਅਤੇ ਤੁਹਾਡੇ ਲਈ ਵਿਊ ਇਕੱਠਾ ਕਰ ਲਿਆ, ਮੈਨੂੰ ਪਿੱਛੇ ਬਹੁਤ ਹੀ ਜ਼ਬਰਦਸਤ ਵਿਊ ਹੈ ਤੁਹਾਡੇ ਲਈ ਇਕੱਠਾ ਕੀਤਾ ਹੈਗਾ, ਤੁਹਾਨੂੰ ਦਿਖਾਉਂਦੇ ਹਾਂ। ਹੁਣ ਆਪਾਂ ਆਪਣੀ ਥਾਂ 'ਤੇ ਆ ਚੁੱਕੇ ਹੈਗੇ। ਅੱਜ ਦਾ ਦਿਨ ਸਪੈਂਡ ਕੀਤਾ ਹੈਗਾ ਆਪਾਂ ਅਤੇ ਬਹੁਤ ਹੀ ਯੂਨੀਕ ਪਲੇਸ 'ਚ ਆਪਾਂ ਇਸ ਟਾਈਮ ਰਹਿ ਰਹੇ ਹੈਗੇ। ਇਹ ਇੱਕ ਬੁਟੀਕ ਘਰ ਹੈਗਾ, ਬੁਟੀਕ ਮਤਲਬ ਕਿ ਸਪੈਸ਼ਲ ਬਣਾਇਆ ਗਿਆ ਹੈਗਾ ਇਹ ਘਰ ਅਤੇ ਬਹੁਤ ਹੀ ਯੂਨੀਕ ਹੈਗਾ ਅਤੇ ਬਹੁਤ ਹੀ ਵਧੀਆ ਅੱਜ ਦਾ ਦਿਨ ਰਿਹਾ ਹੈਗਾ। ਅੱਜ ਮੀਂਹ ਪੈ ਰਿਹਾ ਸੀਗਾ ਅਤੇ ਇਸ ਕਰਕੇ ਨੇੜੇ ਤੇੜੇ ਜਿੰਨੇ ਵੀ ਹੋ ਸਕੇ ਅੱਜ ਅਸੀਂ ਕਵਰ ਕਰ ਲਏ ਹੈਗੇ ਆ ਅਤੇ ਕੱਲ੍ਹ ਸਾਰਾ ਦਿਨ ਸਾਰਾ ਪਲੈਨ ਕਰ ਲਿਆ ਹੈਗਾ ਅਤੇ ਹੁਣ ਰਾਤ ਹੋ ਚੁੱਕੀ ਹੈ। ਇੱਥੇ ਟਾਈਮ ਸਪੈਂਡ ਕਰ ਰਿਹਾ ਇਸ ਘਰ ਦੇ ਵਿੱਚ, ਬਹੁਤ ਹੀ ਮਜ਼ੇਦਾਰ ਟਾਈਮ ਸਪੈਂਡ ਹੋ ਰਿਹਾ ਹੈਗਾ। ਅੱਜ ਤਾਂ ਫਸਟ ਡੇ ਹੈਗਾ, ਇੰਨਾ ਕੁ ਮਜ਼ਾ ਆ ਰਿਹਾ ਹੈਗਾ, ਇੰਨਾ ਕੁ ਫੀਲ ਕਰ ਰਹੇ ਹੈਗੇ ਇਸ ਆਈਲੈਂਡ ਨੂੰ। ਤੁਸੀਂ ਸਿਰਫ ਇਮੈਜਿਨ ਕਰ ਸਕਦੇ ਹੋ ਤਾਂ ਫੀਲ ਕਰ ਸਕਦੇ ਹੈਗੇ ਹੋ ਮੇਰੀ ਗੱਲਾਂ ਤੋਂ। ਅਤੇ ਹੁਣ ਰਾਤ ਹੋ ਚੁੱਕੀ ਹੈਗੀ ਹੈ ਅਤੇ ਹੁਣ ਹੈਗੀ ਹੈ ਸੌਣ ਦੀ ਤਿਆਰੀ ਅਤੇ ਮਿਲਦੇ ਹੈਗੇ ਕੱਲ੍ਹ ਤੁਹਾਨੂੰ।